मस्का चस्का टाइम्स देख रहे दर्शकों का स्वागत करते हैं। पंजाब जो गुरुआं पीरां की धरती, पंजाब जिसकी अज नौजवान पीढ़ी नशियां दे विच खोखली हुंदी जा रही है, इस तरह दियां मामला जो तस्वीरां राहीं तुसीं देख रहे हो, ये तुहानूं असीं जिला गुरदासपुर के कादियां के नज़दीक पिंड भगतपुर दियां दिखा रहे हैं। जो बीती रात एक नौजवान वल्लों नशे की हालत दे विच उसने अपने घर के सिलेंडर नूं ही ब्लास्ट कर छड्डिया, कितना नुकसान होया और की बीत रही होगी उस माँ प्यो ते जिन्हां दे बच्चे अजकल नशियां दे विच अपने आप नूं बर्बाद कर रहे ने, अपने घर नूं बर्बाद कर रहे ने। तो इहदे उत्ते नशियां दे उत्ते हजे तक ते कोई पंजाब दे विच कोई इहदे उत्ते कंट्रोल हुंदा दिखदा नज़र नहीं आ रहा, पर फिर भी है तुहानूं एक खबर दिखा रहे हां और बहुत दुख हुंदा जदों इस तरह दीआं तस्वीरां सानूं देखण नूं मिलदीआं। आओ तुहानूं दिखाउंदे हां पूरी रिपोर्ट। ਨਸ਼ਾ ਪੱਤਾ ਖਾਧਾ ਸੀ ਤੇ ਮੈਨੂੰ ਗਾਲਾਂ ਗੋਲਾਂ ਕੱਢਣ ਲੱਗ ਪਿਆ ਸੀ। ਉਹ ਮੈਂ ਘਰ ਨਹੀਂ, ਮੈਨੂੰ ਗਾਲਾਂ ਕੱਢਦਾ ਸੀ, ਮੈਂ ਬਾਹਰ ਨਿਕਲ ਆਈ। ਬੇਟਾ ਮੇਰਾ ਗਾਲਾਂ ਕੱਢਦਾ ਸੀ, ਮੈਂ ਡਰਦੀ ਬਾਹਰ, ਮੈਨੂੰ ਧੱਕੇ ਮਾਰਦਾ ਸੀ, ਅੰਦਰ ਨੂੰ ਖੜਦਾ ਸੀ ਵੀ ਮੈਂ ਇਹਨੂੰ ਅੰਦਰ ਡੱਕਾਂ, ਮੈਂ ਬਾਹਰ ਨਿਕਲ ਆਈ ਭੱਜ ਕੇ। ਤੇ ਇੰਨਾ ਹੀ ਬਾਅਦ 'ਚ ਮੁੜ ਕੇ ਸਿਲੰਡਰ ਨੂੰ ਅੱਗ ਲਾ ਦਿੱਤੀ, ਮੈਂ ਜਰਕ ਕੇ ਦੇ ਕੋਲ ਖਲੋ ਗਈ, ਜਾ ਕੇ ਲਾਂਬੇ ਪੈ ਗਈ। ਮੇਰਾ ਨਾਮ ਮੋਹਨ ਲਾਲ, ਸਰਪੰਚ ਪਿੰਡ ਭਗਤਪੁਰਾ ਕਾਦੀਆਂ। ਸਰ ਇਹ ਵਾਕਿਆ ਇੱਦਾਂ ਹੋਇਆ ਕਿ ਨਸ਼ੇ ਦਾ ਆਦੀ ਸੀਗਾ ਅਤੇ ਆਪਣੀ ਮਾਤਾ ਨੂੰ ਗਾਲੀ ਗਲੋਚ ਕਰਦਾ ਸੀਗਾ। ਮਾਤਾ ਘਰੋਂ ਆਪਣੇ ਤਾਇਆ ਜੀ ਦੇ ਘਰ ਚਲੇ ਗਈ ਆ। ਬਾਅਦ 'ਚ ਇਸਨੇ ਸਿਲੰਡਰ ਖੋਲ੍ਹ ਕੇ ਰਸੋਈ 'ਚੋਂ ਆਪਣੇ ਕਮਰੇ 'ਚ ਲੈ ਗਿਆ, ਕਮਰੇ 'ਚ ਜਾ ਕੇ ਅਤੇ ਉਹਨੂੰ ਅੱਗ ਲਾ ਦਿੱਤੀ ਆ। ਉਹ ਬਲਾਸਟ ਹੋ ਗਿਆ ਕੋਈ 1:30 ਵਜੇ ਦੇ ਰਾਤ ਦਾ। ਆਪ ਠੀਕ ਠਾਕ ਹੈ? ਹਾਂਜੀ ਹਾਂਜੀ ਬਿਲਕੁਲ ਠੀਕ ਠਾਕ। ਉਹ ਅੱਗ ਲਾ ਕੇ ਬਾਹਰ ਨੂੰ ਆ ਗਿਆ ਸੀਗਾ। ਹਾਂ ਰਾਤੀ ਆਪਾਂ ਫੋਨ ਕੀਤਾ 100 ਨੰਬਰ 'ਤੇ, ਪੁਲਿਸ ਆਈ ਹੈ ਅਤੇ ਉਹਨੂੰ ਫੜ ਕੇ ਲੈ ਗਈ ਹੈ। ਇਹ ਕੋਈ ਸਰ 1:30 ਵਜੇ ਦਾ ਵਾਕਿਆ ਆ। ਹਾਂਜੀ ਹਾਂਜੀ ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਜਿੰਨੀਆਂ ਪ੍ਰਾਈਵੇਟ ਸੰਸਥਾ ਨੇ ਇਸ ਗਰੀਬ ਭੈਣ ਦਾ ਕਮਰਾ ਬਣਾ ਕੇ ਦਿੱਤਾ ਜਾਵੇ, ਕਿਉਂਕਿ ਬਹੁਤ ਹੀ ਗਰੀਬ ਹੈ। ਮੈਂ ਸੰਸਥਾ ਤੋਂ ਇਹੀ ਮੰਗ ਕਰਦਾ ਕਿ ਵੱਧ ਤੋਂ ਵੱਧ ਇਸ ਭੈਣ ਦੀ ਮਦਦ ਕੀਤੀ ਜਾਵੇ। ਕੀ ਨਾਂ ਜੀ ਆਪਣਾ? ਜਗਿੰਦਰ ਸਿੰਘ ਜੀ। ਹਾਂਜੀ ਕੀ ਵਾਕਿਆ ਹੋਇਆ? ਰਾਤੀ ਜੀ 1:30 ਦਾ ਟਾਈਮ ਹੋਇਆ ਸੀ, ਇਸ ਕਰਕੇ ਜਦੋਂ ਅਸੀਂ ਵੇਖਿਆ ਜਦੋਂ ਧਮਾਕਾ ਜਾ ਜਦੋਂ ਠਾਹ ਹੋਇਆ ਵਾ ਸਿਲੰਡਰ ਫੜੇ ਜੋ ਅੱਗ ਨਿਕਲੀ ਹੈ ਤਾਂ ਤਾਂ ਨੂੰ ਅਤੇ ਉਦੋਂ ਇਸ ਕਰਕੇ ਮੈਂ ਰੌਲਾ ਪਾਇਆ ਵਾ ਵੀ ਮੈਂ ਹਾਂ ਵੀ ਆ ਕੇ ਬਚਾਓ, ਕੋਈ ਅੰਦਰ ਨਾ ਕੋਈ ਹੋਵੇ ਅੱਗ ਨਾ ਲੱਗੀ ਸੜ ਨਾ ਜਾਣ। ਤੋ ਮੁੜ ਕੇ ਇਹਨਾਂ ਨੂੰ ਪਤਾ ਲੱਗਾ ਵੀ ਬਾਕੀ ਬਾਹਰ ਹੀ ਸਾਰੇ ਅੱਗ ਲਾ ਕੇ, ਮੁੜ ਕੇ ਪਤਾ ਨਹੀਂ ਬਾਹਰ ਚਲ ਗਏ। ਕਿਸ ਤਰ੍ਹਾਂ ਲੱਗੀ ਅੱਗ? ਪਤਾ ਨਹੀਂ ਜੇ ਕੀ ਲੱਗਾ, ਚਾਂਸ ਲਾ ਕੇ ਅੱਗ ਲਾ ਕੇ ਮੁੰਡਾ ਭੱਜ ਗਿਆ ਵਾ ਕਿਤੇ ਫਿਰ ਦੁਬਾਰਾ ਉਸੇ। ਅੱਗ ਇਸ ਤਰ੍ਹਾਂ ਲੱਗੀ ਬਾਬਾ ਜੀ? ਇਹ ਅੱਗ ਇਸ ਕਰਕੇ ਸਿਲੰਡਰ ਫਟ ਗਿਆ ਵਾ, ਇਸ ਕਰਕੇ ਸਿਲੰਡਰ ਫਟ ਗਿਆ। ਜਦੋਂ ਠਾਹ ਹੋਇਆ ਵਾ ਉਦੋਂ ਮੈਂ ਭੱਜ ਕੇ ਕੋਠੇ ਚੜਿਆ ਵਾਂ, ਜਾ ਕੇ ਤਾਂ ਉਹਨਾਂ ਨੂੰ ਲੋਕ ਲਾਗੂ ਸਾਰੇ ਆਏ ਆ। ਮੈਂ ਆਖਿਆ ਵੇਖੋ ਜਾ ਕੇ ਵੀ ਕੋਈ ਮਿੰਟੋ ਮਿੰਟੀ ਅਸੀਂ ਪਾਣੀ ਪਾ ਕੇ ਫਿਰ ਵੇਖਿਆ ਵੀ ਕੋਈ ਅੰਦਰ ਨਾ ਕੋਈ ਲੂਸਿਆ ਹੋਵੇ। ਆਪ ਮੁੜ ਕੇ ਫਿਰ ਇਸ ਕਰਕੇ ਠਾਹ ਕਰਕੇ ਗਿਆ ਸੀ, ਜਿਹੜਾ ਸਿਲੰਡਰ ਜਿਹੜਾ ਫਟ ਗਿਆ ਸੀ ਇਸ ਕਰਕੇ। ਸਾਡੇ ਨੁਕਸਾਨ ਆ ਲਾਗੇ ਸਾਰਾ ਹੋਇਆ, ਉਰਲੇ ਬੰਨੇ ਵਾਲਾ ਸਾਰਾ ਟੁੱਟਾ ਪਿਆ ਵਾ।